ਮੇਰੇ ਵੀਰ ਅਤੇ ਭੈਣਾਂ, ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਵਟਭਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਸਦਕਾ ਇਹ ਪ੍ਰੇਰਨਾ ਪ੍ਰਾਪਤ ਹੋਈ ਹੈ ਕਿ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਕੋਰਸ ਕੀਤਾ ਜਾਏ। ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਮਨਾਂ ਅੰਦਰ ਧਰਮ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਸਮਝਣ ਦੀ ਰੀਝ ਹੈ, ਭੁੱਖ ਹੈ। ਅਤੇ ਤੁਸੀਂ ਵੇਖੋਗੇ ਕਿ ਕੋਰਸ ਕਰਨ ਤੋਂ ਬਾਅਦ ਸੱਚਮੁੱਚ ਤੁਹਾਡੀ ਉਹ ਭੁੱਖ, ਤੁਹਾਡਾ ਉਹ ਇੰਟਰਸਟ ਕਾਫੀ ਹੱਦ ਤੱਕ ਸੈਟਿਸਫਾਈ ਹੁੰਦਾ ਹੈ। ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਐਨਲਾਈਟਨ ਮਹਿਸੂਸ ਕਰੋਗੇ। ਪਹਿਲਾ ਕੋਰਸ ਦਾ ਜਿਹੜਾ ਇਹ ਪਹਿਲਾ ਲੈਕਚਰ ਹੈ, ਜਿਵੇਂ ਕਿ ਚੇਅਰਮੈਨ ਸਾਹਿਬ ਨੇ ਦੱਸਿਆ, ਧਰਮ ਦੀ ਲੋੜ ਅਤੇ ਇਹਦੀ ਕੀ ਇੰਪਾਰਟੈਂਸ। ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਵੀ ਧਰਮ ਹੈ ਕੀ। ਸੋ ਮੈਂ ਇਸ ਲੈਕਚਰ ਨੂੰ ਇਹ ਦੋ ਹਿੱਸਿਆਂ ਵਿੱਚ ਵੰਡ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਧਰਮ ਹੈ ਕੀ, ਅਤੇ ਫਿਰ ਉਸ ਧਰਮ ਦੀ ਸੱਚਮੁੱਚ ਲੋੜ ਹੈ ਕਿ ਨਹੀਂ। ਦੂਸਰੀ ਗੱਲ, ਜਿਵੇਂ ਇਹਨਾਂ ਨੇ ਹਿੰਟ ਦਿੱਤਾ ਹੈ ਕਿ ਕਾਫੀ ਪੜ੍ਹੇ ਲਿਖੇ ਲੋਕ, ਸਪੈਸ਼ਲੀ ਵੈਸਟਰਨ ਸਕਾਲਰਸ ਜਿਹੜੇ ਨੇ, ਉਹ ਇਹ ਸਮਝਦੇ ਨੇ। ਅਤੇ ਅੱਜ ਹੀ ਨਹੀਂ, ਅੱਜ ਤੋਂ ਕਾਫੀ ਚਿਰ ਪਹਿਲੋਂ, 200-300 ਸਾਲ ਪਹਿਲੋਂ ਉਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਵੀ ਧਰਮ ਦੀ ਹੁਣ ਲੋੜ ਨਹੀਂ। ਅਤੇ ਅੱਜ ਵੀ ਸ਼ਾਇਦ ਕਈ ਵਾਰ ਆਪਾਂ ਹੀ ਜਦੋਂ ਗੱਲਬਾਤ ਕਰਦੇ ਹਾਂ, ਵੇਖਦੇ ਹਾਂ, ਈਵਨ ਮਾਈਸੈਲਫ, ਮੈਂ ਸਿੰਗਾਪੁਰ ਮੈਂ ਰਹਿੰਦਾ, ਉੱਥੇ ਜਦੋਂ ਡੀਪਲੀ ਕਈ ਵਾਰ ਵੇਖੀਦਾ ਹੈ ਨਾ ਆਪਣੇ, ਸਪੈਸ਼ਲੀ ਸਾਡੇ ਇਸ ਮੁਲਕ ਨੂੰ, ਇੰਡੀਆ ਨੂੰ, ਹਿੰਦੁਸਤਾਨ ਨੂੰ, ਇੱਥੋਂ ਦੇ ਲੋਕਾਂ ਨੂੰ, ਕਈ ਵਾਰ ਮਨ 'ਚ ਖਿਆਲ ਆਉਂਦਾ ਹੈ ਵੀ ਕੀ ਸੱਚਮੁੱਚ ਹੀ ਧਰਮ ਅੱਜ ਸਾਨੂੰ, ਮਨੁੱਖਤਾ ਨੂੰ ਕੋਈ ਅਗਵਾਈ ਦੇ ਰਿਹਾ ਹੈ। ਅਤੇ ਕਈ ਵਾਰ ਇੰਝ ਲੱਗਦਾ ਵੀ ਹਿੰਦੁਸਤਾਨ ਨੂੰ ਸ਼ਾਇਦ ਚਾਹੀਦਾ ਕਿ ਥੋੜ੍ਹੇ ਕੁ ਚਿਰ ਵਾਸਤੇ ਨਾ ਧਰਮ ਨੂੰ, ਜਾਂ ਧਰਮ ਦੇ ਨਾਂ 'ਤੇ ਜੋ ਕੁਛ ਹੋ ਰਿਹਾ ਅਸੀਂ ਕਰ ਰਹੇ ਹਾਂ, ਜਾਂ ਤਾਂ ਉਹਦੀ ਸਮਝ ਨੂੰ ਠੀਕ ਕੀਤਾ ਜਾਏ, ਜਾਂ ਫਿਰ ਉੱਥੇ ਰੋਕ ਲਾ ਦਿੱਤੀ ਜਾਏ। ਵੀ ਸਾਨੂੰ ਇੰਝ ਲੱਗਦਾ ਹੈ ਵੀ ਸੱਚਮੁੱਚ ਅੱਜ ਸਾਡਾ ਮੁਲਕ, ਜਿੱਥੇ ਕਿ ਜਿਵੇਂ ਹੁਣ ਚੇਅਰਮੈਨ ਸਾਹਿਬ ਨੇ ਕਿਹਾ ਵੀ ਇੱਥੇ ਹਰ ਪਿੰਡ, ਹਰ ਸ਼ਹਿਰ ਵਿੱਚ ਇੱਕ ਤੋਂ ਇੱਕ ਬਾਬਾ ਗੋਡਮੈਨ ਜਿਹੜੇ ਨੇ ਹੈਗੇ ਨੇ। ਇਹ ਮੈਂ ਹੁਣੇ ਅੱਜ ਸਵੇਰੇ ਫਰੀਦਾਬਾਦ ਤੋਂ ਜਦੋਂ ਆ ਰਿਹਾ ਸਾਂ ਬਾਈ ਟ੍ਰੇਨ, ਮੇਰੇ ਨਾਲ ਦੋ ਚਾਰ ਹਿੰਦੂ ਸੱਜਣ ਬੈਠੇ ਸਨ, ਉੱਥੇ ਗੱਲ ਚੱਲ ਪਈ। ਅੱਜ ਕੱਲ੍ਹ ਪੇਪਰਾਂ 'ਚ ਆਮ ਹੀ ਆਉਂਦਾ ਹੈ, ਸਾਈਂ ਬਾਬਾ ਦੀ, ਬਾਬਾ ਰਾਮਦੇਵ ਦੀ, ਇੱਕ ਹੋਰ ਸੰਤ ਕਿਰਪਾਲੂ ਜੀ ਦੀ, ਕਿਸੇ ਦੂਸਰੇ ਦੀ। ਕੱਲ੍ਹ ਪਰਸੋਂ ਦੀ ਖਬਰ ਸੀ ਹਿੰਦੁਸਤਾਨ ਟਾਈਮਸ ਵਿੱਚ ਕਿ ਸਾਈਂ ਬਾਬਾ ਦੇ ਪਰਸਨਲ ਕਮਰੇ ਵਿੱਚੋਂ ਕਰੋੜਾਂ ਰੁਪਇਆ ਕੈਸ਼, 98 ਕੇਜੀ ਗੋਲਡ ਐਂਡ 300 ਸਮਥਿੰਗ ਕੇਜੀ ਸਿਲਵਰ ਹੈਜ਼ ਬੀਨ ਫਾਊਂਡ। ਉਹ ਹਿੰਦੂ ਜੈਂਟਲਮੈਨ ਨੇ, ਨੌਜਵਾਨ ਨੇ, ਉਹ ਗੱਲਾਂ ਆਪਸ ਕਰ ਰਹੇ ਨੇ, ਅਤੇ ਮੈਂ ਸੁਣਿਆ ਉਹਨਾਂ ਦੀ ਗੱਲਾਂ, ਥੋੜ੍ਹਾ ਜਿਹਾ ਮੈਂ ਵੀ ਸ਼ੇਅਰ ਕੀਤਾ। ਐਂਡ ਆਈ ਵਾਜ਼ ਹੈਪੀ ਟੂ ਸੀ ਵੀ ਅੱਜ ਦਾ ਹਿੰਦੁਸਤਾਨ ਦਾ ਨੌਜਵਾਨ ਥੋੜ੍ਹਾ ਥੋੜ੍ਹਾ ਜਾਗ ਰਿਹਾ। ਉਹ ਕਹਿੰਦਾ ਜਿਹੜੇ ਧਰਮ ਦੇ ਨਾਂ 'ਤੇ ਧਾਰਮਿਕ ਲੀਡਰ ਨੇ, ਧਰਮ ਗੁਰੂ ਖਵਾਉਂਦੇ ਨੇ, ਬਾਬੇ ਖਵਾਉਂਦੇ ਨੇ, ਇਹਨਾਂ ਕੋਲ ਕਰੋੜਾਂ ਅਰਬਾਂ ਰੁਪਇਆ ਕਾਹਦੇ ਵਾਸਤੇ? 100 ਕਿਲੋ ਸੋਨਾ ਉਹਨਾਂ ਦੇ ਪਰਸਨਲ ਕਮਰੇ 'ਚ ਨਿਕਲਿਆ, ਵਟ ਫਾਰ? ਇੱਕ ਐਗਜ਼ਾਮਪਲ ਹੈ, ਹੋਰ ਕਰੋੜਾਂ ਹੀ ਅਰਬਾਂ ਰੁਪਏ ਦੇ ਤੁਸੀਂ ਵੇਖੋਗੇ ਟਰੱਸਟ ਬਣੇ ਹੋਏ ਨੇ, ਵੱਡਾ ਕੁਛ ਸਾਰਾ ਕੁਝ ਹੈ। ਇਹਦੇ ਬਾਵਜੂਦ ਸਾਡਾ ਇੰਡੀਆ ਜਿਹੜਾ ਹੈ ਕਰਪਸ਼ਨ ਵਿੱਚ ਇੱਕ ਨੰਬਰ, ਪਾਵਰਟੀ ਵਿੱਚ ਇੱਕ ਨੰਬਰ, ਜਿੱਥੇ ਵੇਖ ਲਓ ਸਾਡਾ ਕੋਈ ਹਿਸਾਬ ਹੀ ਨਹੀਂ ਬਣਦਾ। ਅਸੀਂ ਬਾਹਰ ਤੁਸੀਂ ਜਾ ਕੇ ਵੇਖੋ, ਆਈ ਹੈਵ ਬੀਨ ਇਨ ਸਿੰਗਾਪੁਰ ਫੋਰ ਲਾਸਟ 4 ਈਅਰਸ, ਉੱਥੇ ਜਾ ਕੇ ਸਾਡਾ ਨਜ਼ਰੀਆ ਬਦਲ ਗਿਆ ਬਿਲਕੁਲ। ਲੋਕਾਂ ਨੂੰ ਉੱਥੇ ਪਤਾ ਹੀ ਨਹੀਂ ਝੂਠ ਬੋਲਣਾ ਹੁੰਦਾ ਕੀ ਹੈ। ਸ਼ੁਰੂ ਦੇ 6 ਮਹੀਨੇ ਸਾਲ, ਯੂ ਨੋ, ਆਈ ਵਾਜ਼ ਸ਼ੌਕ, ਇਹ ਕੀ ਹੈ? ਪਾਠ ਅਸੀਂ ਉੱਥੇ ਕਰਦੇ ਰਹੇ ਸਾਰੀ ਉਮਰ, ਅਤੇ ਉਹਦਾ ਪ੍ਰੈਕਟੀਕਲ ਇਹ ਸ਼ੋਅ ਕਰ ਰਹੇ ਹਨ। ਅਸੀਂ ਪਾਠ ਕਰਕੇ ਵੀ ਆਮ ਹੀ ਝੂਠ ਬੋਲਦੇ ਨੇ ਉਹਨਾਂ ਨੂੰ, ਉਹ ਦੇ ਆਸ ਵਾਈ ਵਾਈ ਟੂ ਟੈਲ ਲਾਈ, ਝੂਠ ਬੋਲਣਾ ਕਿਉਂ ਹੈ? ਤੁਸੀਂ ਹੈਰਾਨ ਹੋਵੋਗੇ ਵੀ ਬਿਲਕੁਲ 100% ਸੱਚ ਚੱਲਦਾ ਲੋਕਾਂ ਨੂੰ, ਜਿਵੇਂ ਉਹਨਾਂ ਦੇ, ਸਾਡੇ ਜਿਵੇਂ ਆਉਂਦੇ ਨੇ, ਸਾਡੇ ਦੇ ਬਲੱਡ ਵਿੱਚ ਵੜ ਗਿਆ ਝੂਠ, ਬੇਈਮਾਨੀ, ਧੋਖਾ, ਉੱਥੇ ਉਹਨਾਂ ਦੇ ਬਲੱਡ ਵਿੱਚ ਇਹ ਚੀਜ਼ਾਂ ਨੇ। ਅਤੇ ਸ਼ਾਇਦ ਇਸ ਕਰਕੇ ਉੱਥੋਂ ਦੇ ਜਿਹੜੇ ਸਕਾਲਰਸ ਨੇ ਉਹ ਕਹਿੰਦੇ ਹੋਣਗੇ ਵੀ ਇਹਨਾਂ ਮੁਲਕਾਂ ਜਿੱਥੇ ਇੰਨਾ ਧਰਮ ਆ, ਉੱਥੇ ਕੀ ਬਣਦਾ ਪਿਆ? ਸੋ ਇਸ ਨੂੰ ਸਮਝਣ ਲਈ ਨਾ ਆਪਾਂ ਇੰਝ ਵੇਖਾਂਗੇ ਵੀ ਧਰਮ ਦੇ ਨਾ ਅਸਲ ਵਿੱਚ ਦੋ ਹਿੱਸੇ ਨੇ। ਇੱਕ ਆਪਾਂ ਸਮਝ ਲਓ ਵੀ ਧਰਮ ਦੀ ਬੋਡੀ ਹੈ,
एक है धर्म की सोल। गुरबाणी विच पंक्ति आउंदी है, कण बिन गाह के पाही, धर्म के कर्मकांडा वाल संकेत करदी। कण गाह पाउंदे ने जदों फसल हो जाए ना, धान जां कणक जां छोले होर, तो उन्हूं अजकल तो थ्रैशर बन गए ने, तो पहला इकट्ठा करके तो उत्ते बैल जां इस तरह चलाए जाते सी भी ताकि उहदे विचों जिहड़ा दाणा है वह निकल जाए। तो उत्थे उह भगत साहिब कहिंदे ने भी जे किसी फसल तुसीं इकट्ठी कर ली, वह सारा लांग इकट्ठा कर लिया है, पर जे उहदे विच कण ही नहीं, दाणा ही है नहीं, तो उहनूं गाउण दा थ्रैशर विच पाउण दा कोई मीनिंग नहीं। सो इस तरह धर्म का ना एक है बाहरी रूप, बाहरी हिस्सा। उस असी जो कुछ धर्म के नाते वेखते हैं ना, ये 99.9% बाहरी हिस्सा नज़र आता। बाहरी हिस्से के ही असी इनवॉल्व हो जाते हैं। अक्सर आम साढ़े चो लगभग बहुते लोग यो ही समझते हैं भी यो धर्म है। ये की है खास करके जिमें किसी थान की यात्रा कर लैनी, किसी मंत्र का पाठ कर लेना, किसी धागे तवीत विश्वास कर लेना, किसी रिंग पा लेनी, कोई पत्थर घर में रख लेना, होर कई तरह के ये इनवॉल्व जोड़े काम उत्थे यह समझिया जाता है भी यह एक खास काम करन नाल मेरा काम सवर जाएगा। सिर्फ इस चीज़ को अपने घर रखन नाल मैनू जॉब मिल जाएगी, मेरे बच्चे पढ़ जाएंगे, मेरी तरक्की हो जाएगी, मेरी तनखा बढ़ जाएगी। ये सानू याद करवाउंदा अज तो 2000-3000 साल पहलों जिहड़े कि स्कॉलरस जिन्होंने रिसर्च की आ साइकोलॉजी विचों भी, एंथ्रोपोलॉजी विचों, सोशियोलॉजी विच विद्वानां ने धर्म की, उन्होंने दस्सिया भी धर्म की शुरुआत जिहड़ी है ना वह बड़ी ही कोई बहुत ही वधिया उहदे चों नहीं हुंदी, वह बड़ी प्राइमिटिव इंस्टिंक्ट्स के विचों भी लोगों के जो बहुत ज़्यादा अंधविश्वास से, लोग बहुत घट पढ़े लिखे से, लोगों को कुदरत बारे, नेचर बारे, यूनीवर्स बारे कुछ पता नहीं सी, उतों इन्हों की शुरुआत होंगी। वो फिर मैजिक आ जाता कि लोग मैजिक विच विश्वास करते हैं। कि साढ़े मुल्क में तुसी हैरानी वाली गल है कि पढ़े हुए लोग भी ये गल्लां विश्वास करते हैं कि सिर्फ गल में एक धागा पाउण नाल मेरा काम सवर जाए, कोई छाप अंगूठी खास करके हाथ में पाउण नाल काम बन जाए। अज साडे मुल्क दे लोग विआह शादी करन वेले शायद बच्चे दे जां बच्ची दे गुण घट वेखदे ने, है ना, जां ते पैसा मुख रखदे ने, लालच मुख रखदे ने, दाज दहेज मुख रखदे ने, जां फिर उत्थे होर चीज़ां वेखियां जांदियां ने, इहदा जन्म कदों होया, इहदी पत्री किहो जी है, इह मंगलिक है कि नहीं। तुसीं हुण वेखोगे हैरानी वाली गल भी जिहड़े धर्म दे फाउंडरस ने, धर्म नूं एक्चुअली समझणा होवे ना ते धर्म दा जिहड़ा फाउंडर किसी भी धर्म लै लो, उन्होंने जिहड़े फाउंडरस ने वह जिन्ना चिर तक दुनिया में रहे अपने निजी जीवन के परसनली उस पीरियड में वेखो, या फिर धर्म को सही तरीके समझने लिए धर्म के स्क्रिप्चरस में पढ़ो। तुसी जो सुनते हो, वेखते हो, होर कुछ पढ़ते हो ना, वो धर्म की असल पिक्चर नहीं सामने आती, उस कण नहीं लभदा। सिख की आप गल करिए सिख धर्म की, तो गुरबाणी जो ना तुसी प्रैक्टिकली पढ़ के स्टडी करके समझ के ना वो गुरबाणी भी समझने ढंग ने भी किवें समझना बाणी, बाणी किस तरह गल करती, किस लैंग्वेज में गल करती, उन्होंने डिसाइफर करके जो समझोगे फिर धर्म का कण सानू जो प्राप्त होता है। सो धर्म के मानता धर्म है कि, सो इंग्लिश डिक्शनरी ये बारे लिखती है, रिलीजन इज ए सैट ऑफ बिलीव्स कंसर्निंग द कॉज, नेचर एंड परपज ऑफ लाइफ एंड यूनिवर्स। एक बंच ऑफ प्रैक्टिस, बंच ऑफ बिलीव्स या जो लोग विश्वास कर लेंगे ने भी यह काम करे, हो जाए, यह मंत्र पढ़न सिद्धि प्राप्त हो जाए, यह करज बन सकता है, इतों यदि शुरुआत मनी जाती भी ये धर्म। इंग्लिश में जो शब्द असी वरतते हैं रिलीजन, यदा ओरिजन मनिया जाता लैटिन का एक शब्द है रिलीजियो, जिहदा मीनिंग बनता है रेवरेंस फॉर गॉड, रेवरेंस फॉर रिलीजियस लॉस। हिंदी में आओ तो संस्कृत की एक लाइन है, धारयति इति धर्मा, धारयेत इति धर्मा, धर्म की डेफिनेशन देते हैं दो तरह नाल। यह सारे कुछ संसार नूं जिसने धारण किया होया है वो धर्म है। धर्म की ब्रॉडर सेंस में भी धर्म है कि विच इज वेरी यू कैन से इज इन अकॉर्डेंस विद जपजी साहब की जी पौड़ी है ना, तौल धर्म दया का, उथे भी गुरु साहब यही कहें धारे अति इति धर्म,
ਇਹ ਸਾਰੇ ਯੂਨੀਵਰਸ ਸੰਸਾਰ ਨੂੰ ਜਿਹੜਾ ਧਾਰਨ ਕੀਤਾ ਹੋਇਆ ਨਾ, ਜਿਸ ਤਾਕਤ ਨੇ, ਜਿਸ ਸ਼ਕਤੀ, ਉਹਨੂੰ ਜਿਹੜਾ ਮਰਜ਼ੀ ਨਾਂ ਦੇ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨੂੰ ਤੁਸੀਂ ਕਹਿ ਲਓ ਕੌਸਮਿਕ ਲਾਅ, ਉਹਨੂੰ ਕਹਿ ਲਓ ਨੈਚੁਰਲ ਲਾਅ, ਉਹਨੂੰ ਕਹਿ ਲਓ ਸਾਇੰਟਿਫਿਕ ਲਾਅ, ਜੋ ਮਰਜ਼ੀ ਕਹਿ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਧਰਮ ਹੈ। ਦੂਸਰਾ ਕਹਿੰਦੇ ਨੇ ਵੀ ਇਸ ਸੰਸਾਰ ਵਿੱਚ ਰਹਿਣ ਲਈ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਬਿਹਤਰੀਨ ਠੀਕ ਢੰਗ ਨਾਲ ਚਲਾਉਣ ਲਈ ਕੁਝ ਧਾਰਨ ਕਰਨਾ ਪੈਣਾ, ਕੁਝ ਸਿੱਖਣਾ ਪੈਣਾ, ਕੁਝ ਅਪਣਾਉਣਾ ਪੈਣਾ। ਸੋ ਉਹ ਜੋ ਕੁਝ ਧਾਰਨ ਕਰਨਾ ਪੈਣਾ ਉਹ ਧਰਮ ਹੈ। ਇਹਦੇ ਲਈ ਮੈਂ ਕਹਾਂਗਾ ਕਿ ਸਿੰਪਲੀ ਤੁਸੀਂ ਸਮਝਣਾ ਹੋਵੇ ਨਾ, ਘਰ ਜਾ ਕੇ ਇੱਕ ਪੇਪਰ ਲੈ ਲਓ, ਆਪਣੇ ਆਪ ਤੋਂ ਪੁੱਛੋ ਅਤੇ ਉਹਦੇ 'ਤੇ ਲਿਖ ਲਓ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਠੀਕ, ਖੂਬਸੂਰਤ, ਇਨ ਏ ਵੈਰੀ ਪਲੈਜ਼ਰੇਬਲ ਵੇ, ਹੈਪੀ, ਪੀਸਫੁੱਲ ਤਰੀਕੇ ਨਾਲ ਜੀਣ ਲਈ ਇਸ ਸੰਸਾਰ ਵਿੱਚ ਕੀ ਕੁਝ ਚਾਹੀਦਾ। ਮੈਂ ਇੱਕ ਲਿਸਟ 5, 10, 20 ਚੀਜ਼ਾਂ ਲਿਖ ਲਓ, ਆਪਣੇ ਆਪ ਨੂੰ ਪੁੱਛੋ ਵੀ ਮੈਂ ਸੰਸਾਰ ਵਿੱਚ ਚਾਹੁੰਦਾ ਹੈ ਵੀ ਮੇਰੀ ਜ਼ਿੰਦਗੀ ਬਹੁਤ ਹੀ ਵਧੀਆ, ਫਰੂਟਫੁੱਲ, ਸਕਸੈਸਫੁੱਲ, ਹੈਪੀ, ਪੀਸਫੁੱਲ ਹੋਵੇ, ਮੈਂ ਇੱਕ ਮੀਨਿੰਗਫੁੱਲ ਲਾਈਫ ਸੰਸਾਰ ਵਿੱਚ ਜੀਵਾਂ। ਉਹਦੇ ਲਈ ਲਿਖ ਲਓ ਵੀ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ। ਚੀਜ਼ਾਂ ਦਾ ਮਤਲਬ ਐਟਰੀਬਿਊਟਸ, ਵਰਚਿਊਸ, ਕਿਹੋ ਜਿਹਾ ਤੁਹਾਨੂੰ ਹੋਣਾ ਚਾਹੀਦਾ। ਫਿਰ ਤੁਸੀਂ ਮੁੜ ਕੇ ਜਦੋਂ ਵੇਖੋਗੇ ਨਾ, ਫਾਈਨਲੀ ਜਦੋਂ ਲਿਖ ਲਓਗੇ ਉਹ ਧਰਮ। ਪਰ ਹੁਣ ਅਸੀਂ ਵੇਖਦੇ ਹਾਂ ਵੀ ਪ੍ਰੈਕਟੀਕਲੀ ਜੋ ਧਰਮ ਦੇ ਨਾਂ 'ਤੇ ਅਸੀਂ ਕਰਦੇ ਹਾਂ ਜਾਂ ਲੋਕ ਆਮ ਕਰਦੇ ਨੇ, ਉਹਦੇ 'ਚੋਂ ਇਹ ਕੁਝ ਨਜ਼ਰ ਨਹੀਂ ਆਉਂਦਾ। ਤੁਸੀਂ ਵੇਖੋ ਕਿ ਆਹ ਚੀਜ਼ਾਂ 'ਤੇ ਕਦੀ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਇਹ ਕੁਝ ਮੇਰੇ ਵਿੱਚ ਆਉਣਾ ਚਾਹੀਦਾ, ਇਹ ਕੁਝ ਮੈਨੂੰ ਨਹੀਂ ਕਰਨਾ ਚਾਹੀਦਾ। ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਕਿੰਨਾ ਚਿਰ ਹੋ ਗਿਆ, ਪਰ ਇਹ ਜੋ ਚਿਰ ਜੋ ਕੁਛ ਲਿਖੋਗੇ ਨਾ ਤੁਸੀਂ, ਫਿਰ ਤੁਸੀਂ ਐਨਾਲਾਈਜ਼ ਕਰਿਓ, ਵੇਖਿਓ ਵੀ ਇਹ ਕੁਛ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ। ਸ਼ਾਇਦ ਇਸੇ ਕਰਕੇ ਇੱਕ ਹੋਰ ਬੜਾ ਵੱਡਾ ਵਿਦਵਾਨ ਹੋਇਆ ਕਾਰਲ ਮਾਰਕਸ, ਮਾਰਕਸਵਾਦੀ ਵਿਦਵਾਨ, ਉਸ ਨੇ ਧਰਮ ਬਾਰੇ ਬੜੀ ਜਿਹੜੀ ਕਮੈਂਟ ਕੀਤਾ ਨਾ, ਉਹ ਕਹਿੰਦਾ ਵੀ ਰਿਲੀਜ਼ਨ ਇਜ਼ ਓਪੀਅਮ ਆਫ ਦੀ ਮਾਸਸ। ਉਹ ਨੈਗੇਟਿਵਲੀ ਰਿਜੈਕਟ ਕਰਦਾ, ਉਹ ਕਹਿੰਦਾ ਇਹ ਨਾ ਧਰਮ ਮਤਲਬ ਲੋਕਾਂ ਨੂੰ ਗਲਤ ਪਾਸੇ ਲਾਉਣਾ ਹੋਵੇ ਜਾਂ ਲੋਕਾਂ ਨੂੰ ਮਤਲਬ ਸਵਾਉਣਾ ਹੋਵੇ ਜਾਂ ਲੋਕਾਂ ਨੂੰ ਅਵੇਅਰਨੈਸ ਤੋਂ ਰੋਕਣਾ ਹੋਵੇ, ਤਾਂ ਉਹਦੇ ਲਈ ਵੀ ਉਹਨਾਂ ਨੂੰ ਧਰਮ ਵਾਲੇ ਰਸਤੇ ਪਾ ਦਿਓ, ਉਹਨਾਂ ਨੂੰ ਕਿਸੇ ਯਾਤਰਾ ਵੱਲ ਭੇਜ ਦਿਓ, ਕਰਮ ਕਾਂਡਾਂ 'ਚ ਪਾ ਦਿਓ, ਉਹਨਾਂ ਨੂੰ ਆਖੋ ਜੀ ਵਰਤ ਰੱਖੋ, ਉਹਨਾਂ ਨੂੰ ਕਹੋ ਜੀ ਹੋਰ ਇਹੋ ਜਿਹੇ ਕੰਮਾਂ 'ਚ ਪਾ ਦਿਓ, ਲੋਕ ਸੁੱਤੇ ਰਹਿਣਗੇ ਅਤੇ ਆਪਣੇ ਰਾਈਟਸ ਕੀ ਨੇ, ਉਹਨਾਂ ਦੀ ਡਿਊਟੀਜ਼ ਕੀ ਨੇ, ਉਹਨਾਂ ਦੀ ਰਿਸਪੋਂਸੀਬਿਲਿਟੀਜ਼ ਕੀ ਨੇ, ਅਵੇਅਰਨੈਸ ਕੀ ਆ, ਇਨਲਾਈਟਨਮੈਂਟ ਕੀ ਆ, ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ। ਉਹ ਇਸ ਤਰ੍ਹਾਂ ਕੰਪੇਅਰ ਕਰਦਾ। ਇੱਕ ਹੋਰ ਸਾਈਕੋਲੋਜਿਸਟ ਹੋਇਆ ਬੜਾ ਵੱਡਾ ਵਿਦਵਾਨ, ਜਿਹਨੇ ਸਾਈਕੋਲੋਜੀ ਦੀ ਬਿਗਿਨਿੰਗ ਕੀਤੀ, ਉਹ ਵੀ ਇਸੇ ਤਰ੍ਹਾਂ ਦੇ ਕਮੈਂਟ ਕਰਦਾ। ਉਹ ਕਹਿੰਦਾ ਵੀ ਧਰਮ ਨਾ ਅਸਲ ਵਿੱਚ ਨਿਤਾਣੇ, ਨਿਮਾਣੇ, ਹਤਾਸ਼ ਹੋਏ ਲੋਕ ਜਿਹੜੇ ਨੇ ਵੀ ਜਿਹਨਾਂ ਨੂੰ ਹੋਰ ਕੋਈ ਰਾਹ ਨਹੀਂ ਲੱਭਦਾ, ਕੁਛ ਕਰ ਨਹੀਂ ਸਕਦੇ, ਹੈਂ ਹਿੰਮਤ ਦੀ ਬਜਾਏ ਮਤਲਬ ਸੁਪਰਸਟੀਸ਼ਨਸ ਵਿੱਚ ਭਰੋਸਾ ਕਰਨ ਵਾਲੇ ਨੇ, ਉਹ ਇਹਨਾਂ ਚੀਜ਼ਾਂ ਦੇ ਪਿੱਛੇ ਬਹਿ ਜਾਣ। ਹੁਣ ਮੈਂ ਆਵਾਂ ਇੱਕ ਸਾਇੰਟਿਸਟ ਹੋਇਆ, ਤੁਸੀਂ ਨਾਂ ਸਾਰਿਆਂ ਨੇ ਸੁਣਿਆ ਹੋਏਗਾ, ਆਇਨਸਟਾਈਨ। ਉਹ ਯਹੂਦੀ ਧਰਮ ਵਿੱਚੋਂ ਆਇਆ, ਉਹਨੂੰ ਕਿਸੇ ਨੇ ਸਵਾਲ ਪੁੱਛਿਆ ਤੁਹਾਡੇ ਹਿਸਾਬ ਨਾਲ ਧਰਮ ਦੀ ਕੀ ਹੈ, ਜਦੋਂ ਤੁਸੀਂ ਧਰਮ ਵੱਲ ਵੇਖਦੇ ਹੋ ਤਾਂ ਕੀ ਕਹਿਣਾ ਚਾਹੋਗੇ। ਉਹਦੇ ਦੋ ਕਮੈਂਟ ਨੇ, ਵੈਰੀ ਬਿਊਟੀਫੁੱਲ। ਉਹ ਧਰਮ ਦੇ ਜਿਹੜੀ ਮੈਂ ਗੱਲ ਕੀਤੀ ਨਾ ਵੀ ਦੋ, ਇੱਕ ਬਾਹਰੀ ਅੰਗ, ਇੱਕ ਉਹਦਾ ਸੋਲ ਅੰਦਰਲਾ ਐਸੈਂਸ, ਜਿਹੜਾ ਧਰਮ ਦਾ ਜਿਹੜਾ ਕਾਣੇ ਆ, ਉਹ ਦੋਵੇਂ ਚੀਜ਼ਾਂ ਬਾਰੇ ਗੱਲ ਕਰਦਾ। ਉਹ ਜਦੋਂ ਆਉਂਦਾ ਵੀ ਮੈਂ ਉਹਨੂੰ ਪਹਿਲਾ ਸਵਾਲ ਪੁੱਛਿਆ ਵੀ ਜਦੋਂ ਤੁਸੀਂ ਆਮ ਧਾਰਮਿਕ ਲੋਕਾਂ ਵੱਲ ਵੇਖਦੇ ਹੋ, ਧਾਰਮਿਕ ਕਰਮ ਕਰਦਿਆਂ ਹੋਇਆਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ। ਅਤੇ ਉਹ ਕਮੈਂਟ ਕਰਦਾ, ਉਹ ਆਉਂਦਾ ਵੀ ਉਹਦੇ ਹਿਸਾਬ ਨਾਲ ਜੇ ਮੈਨੂੰ ਪੁੱਛਦੇ ਹੋ ਨਾ, ਤਾਂ ਆਈ ਸੀ ਰਿਲੀਜ਼ਨ ਇਜ਼ ਐਨ ਇਨਕਾਰਨੇਸ਼ਨ ਆਫ ਚਾਈਲਡ ਸੁਪਰਸਟੀਸ਼ਨਸ, ਵੀ ਇਹ ਨਾ ਇੱਕ ਬੇਵਕੂਫਾਂ ਜਿਹੀਆਂ ਬੱਚਿਆਂ ਵਾਲੀਆਂ ਵਹਿਮ, ਅੰਧ ਵਿਸ਼ਵਾਸ, ਇੱਦਾਂ ਦੀਆਂ ਗੱਲਾਂ ਜਾਗਦਾ, ਹੋਰ ਕੁਛ ਨਹੀਂ। ਤਾਂ ਹੁਣ ਇਹ ਸੱਚੀ ਮੁੱਚੀ ਤੁਸੀਂ ਵੇਖੋਗੇ ਸਾਡੇ ਹਿੰਦੁਸਤਾਨ 'ਚ, ਵੇਖ ਲਓ ਚਾਰ ਚੁਫੇਰੇ, ਸੱਚੀ ਗੱਲ, ਇੱਕ ਧਾਰਮਿਕ ਬੰਦਾ ਜ਼ਿਆਦਾ ਨਜ਼ਰ ਆਏਗਾ, ਬੜਾ ਅੰਧ ਵਿਸ਼ਵਾਸੀ, ਬੜਾ ਵਹਿਮੀ ਹੈ, ਸੋਮ ਮੰਗਲ ਬੁੱਧਵਾਰ ਦੇ ਚੱਕਰਾਂ 'ਚ ਪਿਆ ਹੋਇਆ, ਟਾਈਮ ਦੇ ਚੱਕਰਾਂ 'ਚ ਪਿਆ ਹੋਇਆ, ਹੈ ਜੇ ਕਮਰਾ ਬਣਾਉਣਾ ਤਾਂ ਇਹ ਨਹੀਂ ਸਮਝਦਾ ਕਿ ਵੈਰੀ ਸਿੰਪਲ ਗੱਲ ਨਹੀਂ ਸਮਝ ਆਉਂਦੀ ਵੀ ਇਸ ਹਿਸਾਬ ਨਾਲ ਬਣਾ ਲਓ ਮਕਾਨ ਜਿੱਥੇ ਧੁੱਪ ਆਵੇ ਅਤੇ ਜਿੱਥੇ ਹਵਾ ਕਰੋਸਿੰਗ ਹੋਵੇ, ਹੋਰ ਕੀ ਲੈਣਾ। ਨਹੀਂ ਜੀ, ਅਖੇ ਹੋਰ ਕਿਸੇ ਨੂੰ ਪੁੱਛ ਕੇ ਆ ਉਹਦੀ ਡਾਇਰੈਕਸ਼ਨ, ਟੋਇਲਟ ਦੀ ਕਿੱਧਰ ਹੋਣੀ ਚਾਹੀਦੀ, ਕਿਚਨ ਦੀ ਕਿੱਧਰ ਹੋਣੀ ਚਾਹੀਦੀ, ਵਿਆਹ ਕਰਨਾ ਹੈ ਉਹਦੀ ਬਜਾਏ ਬੱਚੇ ਅਤੇ ਬੱਚੀ ਦੇ ਗੁਣ ਵੇਖਣ ਦੀ ਬਜਾਏ ਉਹ ਕੁਛ ਹੋਰ ਹੀ ਵੇਖਦਾ ਪਿਆ। ਉਹ ਕਹਿੰਦਾ ਇਹ ਧਾਰਮਿਕ ਲੋਕਾਂ ਦਾ ਕੰਮ, ਜਿਹੜੇ ਧਰਮ ਦੇ ਫਾਊਂਡਰ ਨੇ ਨਾ, ਇੱਕ ਹੋਰ ਚੀਜ਼ ਵੇਖਿਓ, ਸਾਰੇ ਦੇ ਸਾਰੇ ਉਹ ਆਪਣੇ ਸਮੇਂ ਦੇ ਦੇਵਰ ਦੀ ਮੋਸਟ ਐਨਲਾਈਟਨਡ ਪੀਪਲ, ਜਿਹੜੇ ਫਾਊਂਡਰ ਨੇ ਨਾ, ਦੇ ਆਰ ਨੋਟ ਜਸਟ ਲਾਈਕ ਅਸ, ਜਿਵੇਂ ਅਸੀਂ ਅੱਜ ਸਮਝਦੇ ਹਾਂ, ਇੱਦਾਂ ਦੇ ਨਹੀਂ ਹੈਗੇ ਉਹ, ਇਹ ਅੱਜ ਦੇ ਸੋ ਕਾਲਡ ਬਾਬਿਆਂ ਵਰਗੇ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ।
सारे ही धर्मां दे फाउंडर जिहड़े ने वो अपने कॉन्टेंपररी समाज दे समय दे दी हाईली क्वालिफाइड एंड हाईली एनलाइटन पीपल दे आर। प्रॉब्लम कितों बनती है भी उन्हां दे जिहड़े पैरोकार ने ना मनन वाले डिसाइपल ने ये क्योंकि वो बड़ी उचाई तो गल पै करते जिवें जिहड़ा आइंस्टाइन जदों बोलदा आइंस्टाइन जदों गल करदा तो क्या बात है एक्सट्राऑर्डिनरी परसन है पर उहदियां किताबां साइंस नूं पढ़न वाले हो सकदा असीं उहदे होर ही अर्थ कढ लईए पर साइंस दियां टैक्सटबुक्स फिर भी क्योंकि एक्सप्लेन कर दियां ने डिस्क्राइब कर दियां ने प्रैक्टिकल शो कर दियां ने उन्हां नूं पढ़ाउण वाले प्रोफेसरस होंदे ने यूनिवर्सिटी उत्थे ज़्यादा डिस्टॉर्शन नहीं होंदी पर धर्म नूं पढ़ाउण वाले जिहड़े लोग ने प्रीच करन वाले लोग ने उह ते आप नहीं पढ़े होंदे उह आप सुपरस्टिशियस होंदे उन्हां नूं आप कलैरिटी नहीं होंदी इस करके वह जिहड़े फॉलोवर्स ने उन्हां नूं भी सारा उह कन्फ्यूजन विच पा दिंदे सो ये उहदी पहली कमेंटरी सी वी रिलीजन इट सीम्स टू मी इज अ इनकारनेशन ऑफ चाइल्ड सुपरस्टिशंस फिर उन्होंने पूछा भी ये तो गल नहीं बनी तुसीं स्क्रिप्चर्स भी पढ़े होणगे तुसीं अदरवाइज भी सारा कुछ वेख्या होगा यू आर अ वेरी एनलाइटन परसन वट अकॉर्डिंग टू यू शुड बी रिलीजन धर्म फिर होना की चाहिए तुहाडे साथ फिर उन्हें बड़ी पॉजिटिव कमेंटरी इत्थे कमेंट किया वह कहिंदा जे ये पुछो होना की चाहिए है तो रिलीजन शुड बी एन अटैम्प to free oneself from primitive feelings, superstition. उन्हें फिर जवाब दिया कि धर्म असल में बंदे नूं मनुख नूं फ्री करे आ जिहड़ियां प्रीमीटिव सोचा ने जिहड़ियां की आंदे अंधविश्वास ने वहम ने भरम ने इन्हां तों उपर चुक के बंदे नूं एनलाइटन करे वो धर्म विच इज़ वेरी ट्रू भावें तुसीं बुद्धिज़म नूं पढ़ लो जैनिज़म नूं पढ़ लो हाँ जी अपना की आते हैं किसी भी धर्म ने उन्होंने जो फाउंडर्स ने उन्होंने पढ़ लो दे वर वन ऑफ द मोस्ट एनलाइटन पीपल ऑफ द देर देर पीरियड पर असी आम क्यों जो वेखते हैं उत्थे कुछ होर नज़र आता सो ये कमेंटरी सी जोड़े खास वक् वक् फैकल्टीज़ के विद्वान ने उन्होंने हूँ मैं आना भी सिख धर्म ये बारे की आता ये दो गल्लां याद रखियो धर्म का एक बाहरी पक्ष बहुते लोग असी बाहरी पक्ष में इनवॉल्व हो जाए यानी असी बस इन्ना ही मनण विच अपना की ना समझ लेने भी सब कुछ हो गया भी फलाने स्थान की यात्रा करन दा ए लाभ है तो लोग जाते ने जाके यात्रा कर आते हैं कम बैक जाने तो पहलों भी यहोजे सी यात्रा करद्या भी यहोजे सी करन तो बाद भी यहोजे रहिंदे ने सगों थोड़ा जा ईगो जिहड़ी ना हंकार वह होर वध जांदा हुण कंपेयर करो भी प्रैक्टिकली की हो रहा है इट्स लाइक यू आर सेंडिंग समबडी यू नो ए स्टूडेंट हो तुसी बच्चे नू 10 साल 15 साल 20 साल एक स्कूल भेजते हो कॉलेज भेजते हो यूनिवर्सिटी भेजते हो एट द एंड तुसी देखते हो भी बच्चा कितना पढ़िया तो तुहानू पता लगता भी बच्चा तो कुछ पढ़िया ही नहीं तुसी उन्हें पुछते हो कोई लैंग्वेज आँदी कहिंदा जी नहीं आँदी मैथमैटिक्स आँदा नहीं आँदा पर तुसी की जा सकते हो उस यूनिवर्सिटी या कॉलेज उन्हें कहो जी भावें नहीं आँदा पर बच्चा क्योंकि इन्ने सालों तो लगातार तुहाडे स्कूल आँदा रहा है आने तो पहलों सवेरे सुखते उठता रहा 5 बजे 4 बजे उठ स्कूल आने तो पहलों रोज़ इशनान भी करता रहा पूरी बुक्स भी लेके आता रहा सारा कुछ तुहानू आके ग्रीट भी बड़े चंगे ढंग तरीके नाल करता रहा टीचर्स नू मास्टर्स नू तुहाडी रिस्पैक्ट करता रहा तो घट्टो घट उन्हू सर्टिफिकेट तो दे दियो की कोई यूनिवर्सिटी कॉलेज मन्नेगा इस गल पर धर्म में असी ये कुछ कुछ नहीं देख असी धर्म नूं इंज ही समझते हैं भी असी कुछ कर रहे हैं एंड उस कर्म नाल ही आटोमैटिक ही काम हो जाएंगे सारे पर आटोमैटिक काम कदे नहीं होंगे आटोमैटिक काम करन दा मतलब है भी असी रब नूं भी मतलब ना अपने वर्गा ही जां अपने तो भी मूर्ख ही समझते हैं रब नूं सियाणा नहीं समझते बहुता तां ही भगत कबीर ने कहा सी लोगन राम खिलौना जाना लोगों ने समझा भी रब खुणी बुद्धू ही है रब खिलौना ही है क्योंकि माड़े काम करते हैं अंदर जैलसी रखते ने हेटरेड रखते ने बड़े क्रूअल ने झूठ बोलते ने बेईमानी करते ने करप्शन करते ने ब्राइब्स लेंदे ने सारा कुछ करते ने उंज सवेरे घर चलन लग्या पूजा भी करते ने जेब विच रखिया होया धागा भी रखिया होया जेब विच कोई मूर्ति भी रखी उन्हें भी मत्था टेकी जाते हैं धार्मिक स्थानों की यात्रा भी करी जाते साडा जिहड़ा फाउंडर गुरु नानक साहब है उन्हां बारे जदों तुसीं पढ़ो ना उन्हां दे कमेंट्स स्पेशली आसा की वार जी कितें पढ़ लो तुसीं उहदे मीनिंग समेत असीं कई बार सोचते हैं भी प्रॉब्लम पता कित्थों होई असीं ना जिस ढंग नाल अज बाणी नूं पढ़ रहे हाँ ये बिल्कुल उही तरीका है जो गुरु नानक साहिब दे वेले दूसरे धर्मां दे लोग अपने धर्म ग्रंथां नूं पढ़दे सी ते बाबे ने उन्हां नूं रिजैक्ट कीता है
ਕੰਡੈਮ ਕੀਤਾ, ਉਹਨਾਂ ਐਕਸੈਪਟ ਨਹੀਂ ਕੀਤਾ, ਉਹਨਾਂ ਕਿਹਾ ਹਟ ਇਹ ਕੀ ਕਰ ਰਹੇ ਹੋ ਤੁਸੀਂ। ਬਾਣੀ ਸੈਕੜੇ ਥਾਂ ਲਿਖਿਆ ਹੋਇਆ ਇਸ ਤਰ੍ਹਾਂ, ਬੇਸ਼ੱਕ ਸਾਰੀ ਉਮਰ ਤੁਸੀਂ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਰਹੋ, ਯੂ ਵਿਲ ਅਚੀਵ ਨਥਿੰਗ। ਇਹ ਗੁਰੂ ਨਾਨਕ ਸਾਹਿਬ ਦੇ ਲਿਟਰਲ ਬਾਣੀ ਵਿੱਚ ਲਿਖੀਆਂ ਹੋਈਆਂ ਸੈਕੜੇ ਥਾਂ ਮਿਲਦਾ, ਜਿੰਨਾ ਮਰਜ਼ੀ ਕਰ ਲਓ, ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਕੁਛ ਨਹੀਂ ਹੋਏ। ਅੱਜ ਅਸੀਂ ਵੀ ਨਾ ਸਾਡੀਆਂ ਪਾਠ ਬਾਣੀਆਂ ਕੀਰਤਨ ਨਿਤਨੇਮ ਸਾਰੇ ਦਾ ਸਾਰਾ ਜਿਹੜਾ ਉਸ ਢੰਗ ਵਿੱਚ ਚਲੇ ਗਿਆ। ਸਾਨੂੰ ਬੜੀ ਬੁਰੀ ਤਰ੍ਹਾਂ ਕਨਫਿਊਜ਼ ਕਰ ਦਿੱਤਾ ਗਿਆ ਵੀ ਇਹ ਬਾਣੀ ਨੂੰ ਸਿਰਫ ਇੱਕ ਮੰਤਰ ਵਾਂਗ ਪੜ੍ਹ ਲਓ ਬਸ, ਜਿੰਨੀ ਜ਼ਿਆਦਾ ਪੜ੍ਹੋਗੇ ਉਨਾ ਜ਼ਿਆਦਾ ਫਾਇਦਾ। ਅਤੇ ਲੋਕ ਦਸਾਂ ਦਸਾਂ ਮਿੰਟਾਂ 'ਚ, ਪੰਜਾਂ ਪੰਜਾਂ ਮਿੰਟਾਂ 'ਚ ਜਪਜੀ ਸਾਹਿਬ ਦਾ ਪਾਠ ਕਰੀ ਆ ਰਹੇ, ਕਈ ਕਈ ਪਾਠ ਪੈ ਕਰਦੇ ਨੇ, ਪਰ ਸਾਰੀ ਉਮਰ ਐਟ ਦੀ ਐਂਡ ਤੱਕ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਜਪਜੀ ਸਾਹਿਬ ਵਿੱਚ ਹੈ ਕੀ ਕੀਆ ਜਾ ਰਿਹਾ। ਅਤੇ ਜਿਸ ਚੀਜ਼ ਦਾ ਰਿਲੇਸ਼ਨਸ਼ਿਪ ਨਹੀਂ ਬਣੂਗਾ, ਮੈਂ ਸਵਾਲ ਪੁੱਛਾਂ ਵੀ ਧਰਮ ਹੈ ਕਾਹਦੇ ਵਾਸਤੇ ਭਲਾ, ਧਰਮ ਦਾ ਗੋਲ ਕੀ ਹੈ, ਕਾਹਦੇ ਵਾਸਤੇ ਧਰਮ, ਅਤੇ ਇਹਦੇ ਵੱਖੋ ਵੱਖਰੇ ਜਵਾਬ ਹੋਣਗੇ ਕੀ ਕਾਹਦੇ ਵਾਸਤੇ ਧਰਮ ਹੈ। ਬੇਸਿਕਲੀ ਜ਼ਰਾ ਸੋਚੋ ਵੀ ਧਰਮ ਦਾ ਕੀ ਲੋੜ, ਕੀ ਇਹਦਾ ਗੋਲ ਕੀ, ਕਿੱਧਰ ਨੂੰ ਜਾਣਾ ਧਰਮ, ਧਰਮ ਨੇ ਕਰਨਾ ਕੀ, ਕੰਮ ਕੀ ਕਰਨ ਦਾ, ਧਰਮ ਦਾ ਕੰਮ ਕੀ ਹੈ, ਧਰਮ ਦਾ ਗੋਲ, ਧਰਮ ਦੀ ਡਾਇਰੈਕਸ਼ਨ ਹੈ ਸਾਡੀ ਲਾਈਫ। ਧਰਮ ਸਾਨੂੰ ਸਾਡੀ ਲਾਈਫ ਲਈ ਲੋੜੀਂਦਾ, ਇਹਦੀ ਡਾਇਰੈਕਸ਼ਨ ਸਾਡੀ ਲਾਈਫ ਵੱਲ ਨੂੰ ਹੈ। ਧਰਮ ਦੇ ਨਾਂ 'ਤੇ ਜੋ ਕੁਛ ਵੀ ਅਸੀਂ ਕਰਦੇ ਹਾਂ ਉਹਨੇ ਸਾਡੀ ਲਾਈਫ ਨੂੰ ਇੰਪੈਕਟ ਕਰਨਾ। ਇੰਪੈਕਟ ਕੀ ਕਰਨਾ ਲਾਈਫ ਨੂੰ, ਹੁਣ ਸੋਚੋ ਤੁਸੀਂ ਕੀ ਕਰਨਾ, ਇਹਨੂੰ ਮਾੜਾ ਕਰਨਾ, ਇਹਨੂੰ ਨੀਵਾਂ ਕਰਨਾ ਕਿ ਇਹਨੂੰ ਚੰਗਾ ਬਣਾਉਣਾ, ਇਹਨੂੰ ਐਲੀਗੇਟ ਕਰਨਾ, ਇਹਨੂੰ ਰਿਫੋਰਮ ਕਰਨਾ, ਇਹਨੂੰ ਇੰਪਰੂਵ ਕਰਨਾ। ਇਹਦੇ ਵਿੱਚ ਜਿਹੜੀਆਂ ਡਿਸਐਡਵਾਂਟੇਜਸ, ਡਿਸਕੁਆਲਿਟੀਜ਼, ਡੀਮੈਰਿਟਸ ਨੇ, ਉਹਨਾਂ ਨੂੰ ਹੌਲੀ ਹੌਲੀ ਕੱਢ ਕੇ ਇਹਦੇ 'ਚ ਮੈਰਿਟਸ, ਕੁਆਲਿਟੀਜ਼, ਵਰਚਿਊਜ਼, ਐਟਰੀਬਿਊਟਸ ਇਹਦੇ 'ਚ ਲਿਆਓ। ਉਹਦੇ ਲਈ ਤਾਂ ਹੋਰ ਵੇਖੋ ਅੱਗੇ ਕੀ ਕਹਿੰਦੇ ਨੇ, ਨਿਗੁਰੈ ਕੀ ਮਤ ਊਹਾ। ਗੁਰੂ ਵਾਲਾ ਅਤੇ ਨਿਗੁਰਾ ਅਸੀਂ ਡੈਫੀਨੇਸ਼ਨ ਕਰਦੇ ਹਾਂ ਨਾ, ਇਹ ਡੈਫੀਨੇਸ਼ਨ ਜੇ ਵੀ ਪਾਠ ਵੀ ਕਰਦਾ ਅਤੇ ਝੂਠ ਬੋਲਦਾ, ਬਾਬਾ ਕਹਿੰਦੇ ਨਿਗੁਰਾ ਹੈ ਇਹ, ਗੁਰੂ ਵਾਲਾ ਨਹੀਂ, ਇਹ ਗੁਰਬਾਣੀ 'ਚੋਂ ਮਿਲਦਾ ਸਾਨੂੰ। ਮਿਥਿਆ ਨਾਹੀ ਰਸਨਾ ਪਰਸ, ਸੁਖਮਨੀ ਸਾਹਿਬ ਤੁਸੀਂ ਪੜ੍ਹਦੇ, ਝੂਠ ਜ਼ਬਾਨ ਨੂੰ ਸਾਡੀ ਛੂਵੇ ਨਾ, ਇਹ ਧਰਮੀ ਹੋਣ ਦੀ ਨਿਸ਼ਾਨੀ ਹੈ। ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ, ਤਿਆਗਨਾ ਲੋਭ ਨੂੰ ਕੁੱਤਾ ਕਿਹਾ ਬਾਣੀ ਵਿੱਚ। ਅਸੀਂ ਜਦੋਂ ਰਿਸ਼ਤੇ ਕਰਦੇ ਹਾਂ, ਅਸੀਂ ਜਦੋਂ ਹੋਰ ਆਪਣੇ ਕੰਮ ਕਰਦੇ ਹਾਂ, ਉਹਦੇ 'ਚ ਲਾਲਚ ਜਿੱਥੇ ਚਲੇ ਜਾਓ ਵੇਖੋ ਹੈਰਾਨੀ ਹੁੰਦੀ ਹੈ। ਮੈਂ ਸੰਗਤ ਵਿੱਚ, ਫੀਲਡ ਵਿੱਚ ਵਿਚਰਦਾ, ਇਸ ਤਰ੍ਹਾਂ ਦੇ ਇੱਕ ਨਹੀਂ ਮੇਰੇ ਖਿਆਲ ਕੋਈ ਵਿਰਲਾ ਟਾਵਾਂ ਐਗਜ਼ਾਮਪਲ ਮਿਲੇਗੀ ਜਿੱਥੇ ਇਸ ਤਰ੍ਹਾਂ ਦਾ ਨਾ ਹੋਵੇ। ਥਾਂ ਥਾਂ ਇਹੋ ਹੀ ਹਾਲ, ਸਾਡੀਆਂ ਧੀਆਂ ਵਿਆਹੀਆਂ ਨਹੀਂ ਜਾ ਰਹੀਆਂ, ਇਹ ਸਭ ਤੋਂ ਵੱਡਾ ਉਹਦੇ ਵਿੱਚ ਕਾਰਨ ਬਣਦਾ ਨਜ਼ਰ ਆ ਰਿਹਾ ਸਾਨੂੰ। ਕੀ ਕਰੀਏ ਜੀ, ਕਿੱਥੇ ਜਾਈਏ, ਪਹਿਲਾਂ ਲੋਕ ਜਾਤਾਂ ਪੁੱਛਦੇ ਨੇ, ਹੈ ਨਾ, ਫਿਰ ਆਪਣੇ ਤੋਂ ਬਹੁਤ ਵੱਡਾ ਚਾਹੁੰਦੇ ਨੇ, ਆਪ ਭਾਵੇਂ ਕੁਛ ਵੀ ਹੋਵੇ ਅਗਲੇ ਨੂੰ ਚਾਹੁੰਦੇ ਵੀ ਉਹ ਬਹੁਤ ਵੱਡਾ ਹੋਵੇ, ਸਾਰੇ ਗੁਣ ਹੋਣ ਉਹਦੇ ਵਿੱਚ, ਮਗਰੋਂ ਅੱਗੋਂ ਆਹ ਡਿਮਾਂਡਾਂ ਜਿਹੜੀਆਂ ਇਹ ਤਾਂ ਅਖੀਰ ਹੋਣੀਆਂ ਹੀ ਚਾਹੀਦੀਆਂ, ਇਹ ਤਾਂ ਤੁਸੀਂ ਪੂਰੀਆਂ ਕਰੋਗੇ ਜੀ। ਅੱਗੇ ਬਾਬਾ ਕਬੀਰ ਨੂੰ ਪੁੱਛੋ ਜੀ, ਤੁਸੀਂ ਦੱਸੋ ਜੀ ਧਰਮ ਕੀ ਹੈ, ਉਹ ਹੋਰ ਹੀ ਖੂਬਸੂਰਤ ਬਾਤ ਹੈ, ਸ਼ਾਇਦ ਤੁਸੀਂ ਕਦੀ ਵੀ ਨਾ ਸੁਣੀ ਹੋਵੇ। ਦੇਖੋ ਇਹ ਸਿੱਖੀ ਹੈ ਸਾਡੀ, ਇਹ ਸਾਡੇ ਫਾਊਂਡਰ ਇਹ ਦੱਸਦੇ ਨੇ। ਕਬੀਰ ਕਹਿੰਦਾ ਧਰਮ, ਅਸੀਂ ਵੇਖੋ ਧਰਮ ਦੇ ਨਾਂ 'ਤੇ ਜਿੱਥੇ ਨਿਰੀ ਸੁਪਰਸਟੀਸ਼ਨ, ਨਿਰੇ ਵਹਿਮ, ਨਿਰੇ ਭਰਮ, ਨਿਰੀ ਅਗਿਆਨਤਾ, ਉਹ ਧਰਮ ਹੈ, ਇਹ ਸਾਡਾ ਇਹ ਧਰਮ। ਮੈਨੂੰ ਤਾਂ ਹੈਰਾਨੀ ਹੁੰਦੀ ਜਦੋਂ ਮੈਂ ਵੇਖਦਾ, ਖਾਸ ਕਰਕੇ ਸਿੱਖ ਨੌਜਵਾਨ, ਪਲੀਜ਼ ਮਾਫ਼ ਕਰਿਓ ਤੁਹਾਡੇ 'ਚੋਂ ਜੇ ਕੋਈ ਹੋਵੇ, ਬਟ ਦੈਟਸ ਆਈ ਡੋਂਟ ਐਕਸੈਪਟ, ਕਿਉਂਕਿ ਮੈਂ ਜੋ ਕੁਛ ਬਾਣੀ 'ਚੋਂ ਪੜ੍ਹਿਆ, ਇਤਿਹਾਸ 'ਚੋਂ ਵੇਖਿਆ, ਉੱਥੋਂ ਸਾਨੂੰ ਕਿਤੇ ਇੱਕ ਇਗਜ਼ੈਂਪਲ ਨਜ਼ਰ ਨਹੀਂ ਆਉਂਦੀ। ਸਿੱਖ ਦੇ ਹੱਥ ਵਿੱਚ ਕੜਾ ਹੈ ਨਾ, ਦੈਟਸ ਆਲ, ਹੀ ਡੋਂਟ ਨੀਡ ਐਨੀ ਅਦਰ ਥਿੰਗ। ਸਿੱਖ ਹੋ ਕੇ ਜੋ ਕਿ ਬੰਦਾ ਧਾਗਾ, ਤਵੀਤ, ਗਲ ਵਿੱਚ ਮੁੰਦਰੀ, ਇਹ ਉਹ ਪਾਉਂਦਾ, ਉਹ ਆਪਣੇ ਗੁਰੂ ਨਾਲ ਦਗਾ ਕਰ ਰਿਹਾ, ਗੁਰੂ 'ਤੇ ਭਰੋਸਾ ਨਹੀਂ ਸਾਨੂੰ। ਫਿਰ ਇਹ ਕੜਾ ਦੇ ਦਿੱਤਾ, ਦੈਟਸ ਇਨਫ, ਹੋਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਂ ਮਿਹਨਤ ਕਰਾਂਗਾ, ਮੇਰਾ ਗੁਰੂ ਮੈਨੂੰ ਸਭ ਕੁਛ ਦੇ ਦੇਗਾ। ਇੱਕ ਨਹੀਂ ਸੈਂਕੜੇ ਸਾਖੀਆਂ ਇਤਿਹਾਸ ਵਿੱਚ ਮਿਲਦੀਆਂ ਨੇ ਇਹੋ ਜਿਹੀਆਂ। ਸਿੱਖਾਂ ਨੂੰ ਕਿਹਾ ਜਾਂਦਾ ਸੀ ਜੀ ਇਹ ਲਓ, ਇਹ ਆਪਣੇ ਘਰ ਵਿੱਚ ਰੱਖ ਲਓ ਇਹ ਚੀਜ਼, ਇਹ ਮਾੜਾ ਜਿਹਾ ਮੰਤਰ ਜੇ, ਇਹਦੇ ਨਾਲ ਸਾਰੇ ਕੰਮ ਸਿੱਧ ਹੋ ਜਾਣਗੇ। ਉਹ ਸਿੱਖ ਉਸ ਵੇਲੇ ਦੇ ਪੜ੍ਹੇ ਅਨਪੜ੍ਹ, ਸਾਡੇ ਵਰਗੇ ਪੜ੍ਹੇ ਨਹੀਂ ਸੀ, ਸਾਡੇ ਵਰਗੇ ਅਮੀਰ ਨਹੀਂ ਸੀ, ਪਰ ਉਹਨਾਂ ਦਾ ਗੁਰੂ 'ਤੇ ਐਸਾ ਅਟੁੱਟ ਭਰੋਸਾ ਸੀ, ਉਹ ਕਹਿੰਦੇ ਸਰ ਨਹੀਂ, ਮੈਂ ਤਾਂ ਬਾਬੇ ਨਾਨਕ ਨੂੰ ਮੱਥਾ ਟੇਕ ਆਇਆ, ਮੈਂ ਤਾਂ ਗੁਰੂ ਅੰਗਦ ਸਾਹਿਬ ਹਜ਼ੂਰ ਦੇ ਦਰਬਾਰ ਹੋ ਆਇਆ, ਮੈਨੂੰ ਹੋਰ ਹੁਣ ਕਿਸੇ ਤਵੀਤ, ਧਾਗੇ, ਕਿਸੇ ਮੰਤਰ, ਕਿਸੇ ਮੈਜਿਕ ਦੀ ਲੋੜ ਨਹੀਂ, ਮੇਰੇ ਸਾਰੇ ਕੰਮ ਗੁਰੂ ਸਵਾਰਦਾ, ਇਹ ਪੂਰਨ ਭਰੋਸਾ, ਇਹ ਧਰਮਤਾ ਧਰਮੀ ਹੋਣ ਦੀ ਨਿਸ਼ਾਨੀ ਹੈ। ਅਤੇ ਜੇ ਸਾਰਾ ਕੁਝ ਉਹੀ ਕੁਝ ਕਰੀ ਜਾਣਾ,
ਕਾਹਦਾ ਧਰਮ ਹੈ? ਸੋ ਕਬੀਰ ਸਾਹਿਬ ਇੱਥੇ ਬੋਲਦੇ ਨੇ, ਕਹਿੰਦੇ ਨੇ ਕਬੀਰਾ ਧਰਮ ਦੀ ਡੈਫੀਨੇਸ਼ਨ ਕਰਦੇ ਨੇ, ਜਹਾਂ ਗਿਆਨ ਤਹਾਂ ਧਰਮ ਹੈ। ਸਿੰਪਲ ਸਿੱਧੇ ਮੀਨਿੰਗ, ਇਹਦਾ ਮਤਲਬ ਜਹਾਂ ਗਿਆਨ ਨਹੀਂ ਹੈ ਵਹਾਂ ਕਾਹਦਾ ਧਰਮ? ਸੁਪਰਸਟੀਸ਼ਨਸ ਹੈ, ਇਹ ਧਰਮ ਥੋੜ੍ਹੀ, ਇਹ ਤਾਂ ਭਰਮ ਹੈ, ਉਲਟਾ ਹੈ ਧਰਮ ਕਾ, ਅਧਰਮ ਹੈ। ਆਈਨਸਟਾਈਨ ਵਾਲੀ ਗੱਲ ਹੈ, ਵੇਖੋ ਜਿਹੜੇ ਹਾਈਲੀ ਐਨਲਾਈਟਨਡ ਲੋਕ ਨੇ ਨਾ, ਉਹ ਜਿਹੜੀ ਮਰਜ਼ੀ ਭਾਸ਼ਾ ਬੋਲਣ ਉਹਦੇ 'ਚ ਸੱਚ ਹੀ ਹੁੰਦਾ ਹੈ। ਭਾਵੇਂ ਬਾਬਾ ਫਰੀਦ ਬੋਲੇ, ਭਾਵੇਂ ਭਗਤ ਕਬੀਰ ਬੋਲਣ, ਭਾਵੇਂ ਗੁਰੂ ਨਾਨਕ ਸਾਹਿਬ ਬੋਲਣ, ਭਾਵੇਂ ਆਈਨਸਟਾਈਨ ਬੋਲ ਰਿਹਾ ਉਧਰੋਂ, ਉਹ ਸਾਇੰਟਿਸਟ ਆ, ਹੀ ਆਲਸੋ ਸੇਇੰਗ ਦੀ ਸੇਮ ਥਿੰਗ। ਜੇ ਧਰਮ ਨੇ ਸੁਪਰਸਟੀਸ਼ਨ ਦਾ ਹੀ ਇਨਕਾਰਨੇਸ਼ਨ ਬਣਨਾ ਤਾਂ ਉਹ ਕਹਿੰਦਾ ਐਸੇ ਧਰਮ ਦੀ ਲੋੜ ਨਹੀਂ ਲੋਕਾਂ ਨੂੰ। ਅਤੇ ਜੇ ਧਰਮ ਨੇ ਐਨਲਾਈਟ ਕਰਨਾ ਲੋਕਾਂ ਨੂੰ, ਕੌਨਫੀਡੈਂਸ ਦੇਣਾ ਹੈ ਉਹਨਾਂ ਨੂੰ, ਯੂ ਨੋ ਵਰਚੂਅਸ ਬਣਾਉਣਾ ਹੈ, ਇੰਪਰੂਵ ਕਰਨੀ ਉਹਨਾਂ ਦੀ ਲਾਈਫ, ਹੀ ਸੇਜ਼ ਦੈਟਸ ਮੋਸਟ ਰਿਕੁਆਇਰਡ। ਸੋ ਕਬੀਰ ਜੀ ਦੇ ਬਚਨ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਵੀ ਜਿੱਥੇ ਗਿਆਨ ਨਹੀਂ ਅੰਧ ਵਿਸ਼ਵਾਸ ਹੈ ਉੱਥੇ ਕਾਹਦਾ ਧਰਮ? ਕੋਈ ਧਰਮ ਨਹੀਂ ਹੁੰਦਾ।